ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਤੇ ਤੁਸੀਂ ਦੇਖ ਰਹੇ ਹੋ ਗੁੱਡ ਮਾਰਨਿੰਗ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਅਨੁਬੀ ਤੇ ਬੁਲੇਟਿਨ ਦਾ ਆਗਾਜ਼ ਕਰਾਂਗੇ ਇਸ ਅਹਿਮ ਖਬਰ ਦੇ ਨਾਲ। 26 ਮਈ ਨੂੰ ਸੰਯੁਕਤ ਕਿਸਾਨ ਮੋਰਚਾ ਦੇ ਵੱਲੋਂ ਕਾਲਾ ਦਿਹਾੜਾ ਮਨਾਉਣ ਦਾ ਐਲਾਨ ਕੀਤਾ ਗਿਆ ਅਤੇ ਇਸ ਦਾ ਸਮਰਥਨ ਹੁਣ ਵਿਰੋਧੀ ਧਿਰਾਂ ਨੇ ਵੀ ਕੀਤਾ। ਕਾਂਗਰਸ ਸਮੇਤ 12 ਮੁੱਖ ਵਿਰੋਧੀ ਧਿਰਾਂ ਦੇ ਵੱਲੋਂ ਇੱਕ ਜੁਆਇੰਟ ਸਟੇਟਮੈਂਟ ਜਾਰੀ ਕਰ ਕਿਸਾਨਾਂ ਦੇ ਸਮਰਥਨ ਦਾ ਐਲਾਨ ਕੀਤਾ ਗਿਆ। ਪਾਰਟੀਆਂ ਦੇ ਵੱਲੋਂ ਪੀਐਮ ਮੋਦੀ ਨੂੰ 12 ਮਈ ਨੂੰ ਇੱਕ ਪੱਤਰ ਵੀ ਲਿਖਿਆ ਗਿਆ ਸੀ ਜਿਹਦੇ ਵਿੱਚ ਐਲਾਨ ਕੀਤਾ ਸੀ ਕਿ ਉਹਨਾਂ ਨੇ ਕੇਂਦਰ ਸਰਕਾਰ ਤੋਂ ਖੇਤੀਬਾੜੀ ਕਾਨੂੰਨਾਂ ਦੀ ਰੱਦ ਕਰਨ ਦੀ ਅਪੀਲ ਵੀ ਕੀਤੀ ਸੀ। ਨਾਲ ਹੀ ਵਿਰੋਧੀਆਂ ਨੇ ਕੇਂਦਰ ਨੂੰ ਕਿਸਾਨਾਂ ਦੇ ਨਾਲ ਮੁੜ ਤੋਂ ਗੱਲਬਾਤ ਸ਼ੁਰੂ ਕਰਨ ਦੀ ਅਪੀਲ ਵੀ ਕੀਤੀ ਹੈ। ਇਹਨਾਂ 12 ਵਿਰੋਧੀ ਧਿਰਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਕਿਸਾਨਾਂ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਗਿਆ। ਪਾਰਟੀ ਆਗੂ ਰਾਘਵ ਚੱਡਾ ਨੇ ਕਿਹਾ ਕਿ ਕੇਂਦਰ ਨੂੰ ਕਿਸਾਨਾਂ ਨਾਲ ਛੇਤੀ ਗੱਲਬਾਤ ਕਰਕੇ ਮਸਲੇ ਦਾ ਹੱਲ ਕੱਢਣਾ ਚਾਹੀਦਾ। ਦੱਸ ਦਈਏ ਕਿ 26 ਮਈ ਨੂੰ ਕਿਸਾਨ ਅੰਦੋਲਨ ਨੂੰ 6 ਮਹੀਨੇ ਪੂਰੇ ਹੋ ਜਾ ਰਹੇ ਨੇ, ਜਿਸ ਨੂੰ ਲੈ ਕੇ ਕਿਸਾਨਾਂ ਨੇ ਇਸ ਦਿਨ ਨੂੰ ਕਾਲਾ ਦਿਹਾੜਾ ਵਜੋਂ ਮਨਾਉਣ ਦਾ ਐਲਾਨ ਕੀਤਾ ਤੇ ਹੁਣ ਕੁੱਲ 13 ਸਿਆਸੀ ਧਿਰਾਂ ਨੇ ਕਿਸਾਨਾਂ ਨੂੰ ਸਮਰਥਨ ਵੀ ਦਿੱਤਾ। तीन काले कानूनों को खारिज कराने के लिए इस आंदोलन को आगे बढ़ा रहा है। 26 मई 2021 को जब 6 महीने इस आंदोलन के पूरे हो जाएंगे तो संयुक्त किसान मोर्चा द्वारा देश भर में एक दिन का 26 मई को प्रोटेस्ट करने का एक ऐलान किया गया है। आम आदमी पार्टी और आम आदमी पार्टी के राष्ट्रीय संयोजक हमारे नेता आदरणीय अरविंद केजरीवाल जी संयुक्त किसान मोर्चा की इस अपील का पुरजोर समर्थन करते हैं। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਨੂੰ ਆਪਣੇ ਪ੍ਰਸਤਾਵਿਤ ਧਰਨੇ ਪ੍ਰਤੀ ਅੱਗੇ ਨਾ ਵਧਣ ਦੀ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਇਹ ਧਰਨਾ ਵੱਡੇ ਪੱਧਰ ਉੱਤੇ ਕੋਰੋਨਾ ਫੈਲਣ ਦਾ ਵੱਡਾ ਕਾਰਨ ਬਣ ਸਕਦਾ ਹੈ। ਉਹਨਾਂ ਨੇ ਕਿਹਾ ਕਿ ਪਟਿਆਲਾ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਦੇ 3 ਦਿਨਾਂ ਪ੍ਰਸਤਾਵਿਤ ਧਰਨੇ ਵਰਗੀ ਕੋਈ ਵੀ ਗਤੀਵਿਧੀ ਸੂਬੇ ਦੇ ਵਿੱਚ ਕੋਵਿਡ ਨਾਲ ਨਿਪਟਣ ਲਈ ਉਹਨਾਂ ਦੀ ਸਰਕਾਰ ਵੱਲੋਂ ਹੁਣ ਤੱਕ ਕੀਤੀਆਂ ਕੋਸ਼ਿਸ਼ਾਂ ਉੱਤੇ ਪਾਣੀ ਫੇਰ ਸਕਦੀ ਹੈ। ਉਹਨਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਉਹਨਾਂ ਦੀ ਸਰਕਾਰ ਨੇ ਕੇਂਦਰ ਦੇ ਖੇਤੀ ਕਾਨੂੰਨਾਂ ਦੀ ਮੁਖਾਲਫਤ ਕਰਦੇ ਹੋਏ ਸੂਬੇ ਦੀ ਵਿਧਾਨ ਸਭਾ ਵਿੱਚ ਸੋਧ ਕਾਨੂੰਨ ਪਾਸ ਕੀਤੇ ਸਨ। ਉਹਨਾਂ ਕਿਹਾ ਕਿ ਹੁਣ ਸਮਾਂ ਕਿਸਾਨਾਂ ਦੇ ਵੱਲੋਂ ਬਦਲੇ ਵਿੱਚ ਮਹਾਮਾਰੀ ਵਿਰੁੱਧ ਲੜਾਈ ਵਿੱਚ ਸੂਬਾ ਸਰਕਾਰ ਨਾਲ ਸਹਿਯੋਗ ਕਰਨ ਦਾ। ਉਹਨਾਂ ਨੇ ਅੱਗੇ ਕਿਹਾ ਕਿ ਜਿਵੇਂ ਕਿਸਾਨਾਂ ਦੇ ਹਿੱਤ ਪੰਜਾਬ ਨਾਲ ਜੁੜੇ ਹੋਏ ਨੇ, ਉਸੇ ਤਰ੍ਹਾਂ ਪੰਜਾਬ ਦੇ ਹਿੱਤ ਵੀ ਕੋਵਿਡ ਖਿਲਾਫ ਲੜਾਈ ਵਿੱਚ ਉਹਨਾਂ ਦੀ ਸਰਕਾਰ ਨੂੰ ਕਿਸਾਨ ਦੇ ਸਹਿਯੋਗ ਕਰਨ ਉੱਤੇ ਨਿਰਭਰ ਨੇ। ਰਾਜਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਪੀਐਮ ਮੋਦੀ ਨੂੰ ਅਪੀਲ ਕੀਤੀ। ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਵਿੱਚ ਜਾ ਕੇ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ, ਕਿਉਂਕਿ ਕੋਵਿਡ ਦੇ ਕਾਰਨ ਹਾਲਾਤ ਦੇਸ਼ ਦੇ ਬਹੁਤ ਹੀ ਗੰਭੀਰ ਬਣੇ ਹੋਏ ਨੇ। ਅਜਿਹੇ ਹਾਲਾਤਾਂ ਦੇ ਵਿੱਚ ਕਿਸਾਨਾਂ ਦਾ ਧਰਨਾ ਵੀ ਜਾਰੀ ਹੈ। ਉਹਨਾਂ ਕਿਹਾ ਕਿ ਪਿਛਲੇ 5 ਮਹੀਨਿਆਂ ਤੋਂ ਸਰਕਾਰ ਕਿਸਾਨਾਂ ਦੀ ਸਾਰ ਨਹੀਂ ਲੈ ਰਹੀ। ਦੀਪ ਸਿੱਧੂ ਨੇ ਕਿਸਾਨ ਆਗੂਆਂ ਤੇ ਨਿਸ਼ਾਨਾ ਸਾਧਿਆ। ਦੀਪ ਸਿੱਧੂ ਨੇ ਕਿਸਾਨ ਆਗੂਆਂ ਤੇ ਸਵਾਲ ਵੀ ਚੁੱਕੇ ਨੇ। ਉਹਨਾਂ ਨੇ ਕਿਹਾ ਕਿ 26 ਜਨਵਰੀ ਨੂੰ ਲਾਲ ਕਿਲ੍ਹਾ ਤੇ ਜਾਣ ਦਾ ਪ੍ਰੋਗਰਾਮ ਕਿਸਾਨ ਆਗੂਆਂ ਨੇ ਦਿੱਤਾ ਸੀ। ਉਹਨਾਂ ਨੇ ਕਿਹਾ ਕਿ 26 ਜਨਵਰੀ ਤੋਂ ਬਾਅਦ ਕਿਸਾਨਾਂ ਨੇ ਕੋਈ ਵੀ ਐਕਸ਼ਨ ਨਹੀਂ ਲਿਆ ਅਤੇ ਉਹ ਕਿਸਾਨ ਅੰਦੋਲਨ ਨਾਲ ਪਹਿਲਾਂ ਵੀ ਖੜਿਆ ਸੀ, ਅੱਜ ਵੀ ਖੜਿਆ ਤੇ ਜਿੱਤਣ ਤੱਕ ਉਹ ਖੜਿਆ ਰਹੇਗਾ। ਇਸ ਲਈ ਕੇਂਦਰ ਤੇ ਦਬਾਅ ਬਣਾਉਣ ਦੇ ਲਈ ਲੋਕਾਂ ਨੂੰ ਲਾਮਬੰਦ ਕਰਨ ਦੀ ਵੀ ਅਪੀਲ ਕੀਤੀ ਹੈ।
ਦੀਆਂ ਕਈ ਵਾਰੀ ਸਰਕਾਰ ਦਾ ਪੱਲੜਾ ਭਾਰੀ ਹੋ ਜਾਂਦਾ, ਕਈ ਵਾਰੀ ਸਾਡਾ ਪੱਲੜਾ ਭਾਰੀ ਹੋ ਜਾਂਦਾ। ਸਾਡੇ ਤੋਂ ਜਿਹੜੀ ਇੱਕ ਇਹ ਲੀਡਰਸ਼ਿਪ ਤੋਂ ਗਲਤੀ ਹੋਈ ਆ, ਲੀਡਰਸ਼ਿਪ ਨੂੰ ਇਹ ਗੱਲ ਮੰਨਣੀ ਪਊਗੀ। 26 ਤਰੀਕ ਨੂੰ ਬੜੇ ਸ਼ਾਂਤਮਈ ਅਤੇ ਜਾਪਤੇ 'ਚ ਰਹਿ ਕੇ ਜੋ ਕੁਛ ਹੋਇਆ ਬੜਾ ਸ਼ਾਂਤਮਈ ਅਤੇ ਜਾਪਤੇ 'ਚ ਹੋਇਆ, ਪਰ 26 ਤਰੀਕ ਨੂੰ ਸਾਡੀ ਲੀਡਰਸ਼ਿਪ ਸਰਕਾਰ ਦੀ ਬੋਲੀ ਬੋਲਣ ਲੱਗ ਗਈ। ਜੇ ਕਿਤੇ ਉੱਤੇ ਖੜ ਜਾਂਦੇ, ਜੇ ਕਿਤੇ ਉਸ ਵਰਤਾਰੇ ਨੂੰ ਰੈਕਗਨਾਈਜ਼ ਅਤੇ ਅਕਨੋਲੇਜ ਕਰ ਲੈਂਦੇ, ਮੰਨ ਲੈਂਦੇ ਵੀ ਹਾਂ ਸਾਡੇ ਲੋਕ, ਕਿਉਂਕਿ ਲੀਡਰਸ਼ਿਪ ਕਿਤੇ ਨਾ ਕਿਤੇ ਉਹ ਵੀ ਇਨਸਿਕਿਓਰ ਹੋਏ ਪਏ ਸੀ ਵੀ ਸਾਰਾ ਸਿਹਰਾ ਤਾਂ ਦੀਪ ਦੇ ਸਿਰ 'ਤੇ ਵੱਜਿਆ ਜਾਣਾ ਜੇ ਕਿਤੇ ਉਸ ਇਵੈਂਟ ਨੂੰ ਅਸੀਂ ਅਕਨੋਲੇਜ ਕਰ ਲਿਆ ਤਾਂ। ਅੰਮ੍ਰਿਤਸਰ ਦੇ ਵਿੱਚ ਬੀਜੇਪੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਗ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਤੇ ਤੰਜ ਕੱਸਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਸਮੇਂ ਕੇਂਦਰ ਸਰਕਾਰ ਦੇ ਵੱਲੋਂ 80 ਕਰੋੜ ਭਾਰਤੀਆਂ ਲਈ 2 ਮਹੀਨੇ ਦਾ ਰਾਸ਼ਨ, 5 ਕਿਲੋ ਆਟਾ ਅਤੇ ਦਾਲਾਂ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਅਤੇ ਪੰਜਾਬ ਦੇ 1 ਕਰੋੜ 40 ਲੱਖ ਪੰਜਾਬੀਆਂ ਲਈ ਫ੍ਰੀ ਰਾਸ਼ਨ ਭੇਜਿਆ। ਚੁੱਗ ਨੇ ਇਲਜ਼ਾਮ ਲਗਾਇਆ ਕਿ ਪੰਜਾਬ ਦੇ ਲੋਕਾਂ ਦਾ ਦੁਰਭਾਗ ਹੈ ਕਿ ਕੈਪਟਨ ਸਰਕਾਰ ਵੱਲੋਂ ਉਹ ਅਨਾਜ ਵੰਡਿਆ ਹੀ ਨਹੀਂ ਗਿਆ। ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਭੇਜੇ ਅਨਾਜ ਵਿੱਚੋਂ ਸਿਰਫ 5% ਵੀ ਨਹੀਂ ਵੰਡਿਆ ਗਿਆ, ਸਗੋਂ ਕਰਨਾਟਕਾ, ਆਂਧਰਾ ਪ੍ਰਦੇਸ਼ ਵਰਗੇ ਰਾਜਾਂ ਦੇ ਵਿੱਚ 75 ਤੋਂ 80% ਤੱਕ ਜਿਹੜਾ ਅਨਾਜ ਹੈ ਉਹ ਵੰਡਿਆ ਗਿਆ। ਕੇਂਦਰ ਸਹਾਇਤਾ ਭੇਜ ਰਿਹਾ, ਉਹ ਸਹਾਇਤਾ ਗਰੀਬਾਂ ਤੱਕ, ਪੰਜਾਬ ਦੇ ਆਮ ਨਾਗਰਿਕ ਤੱਕ ਪਹੁੰਚਾਈ। ਹਾਲਾਤ ਐਵੇਂ ਨੇ ਕਿ ਮੁੱਖ ਮੰਤਰੀ ਜਿਹੜੀ ਸੰਸਦ ਨਿਧੀ ਚੋਂ ਪੈਸਾ ਮੈਡੀਕਲ ਕਾਲਜ ਅੰਮ੍ਰਿਤਸਰ ਨੂੰ ਦਿੱਤਾ ਸੀ, ਉਹਦੇ ਵਿੱਚ ਵੀ ਗਬਨ ਹੋਇਆ, ਔਰ ਗਬਨ ਦੇ ਉੱਤੇ ਇਲਜ਼ਾਮ ਕਿਸੇ ਬਾਹਰ ਦੇ ਵਿਅਕਤੀ 'ਤੇ ਨਹੀਂ, ਮੰਤਰੀ ਮੰਡਲ ਦੇ ਇੱਕ ਮੰਤਰੀ 'ਤੇ ਲੱਗ ਰਹੇ ਔਰ ਇੱਕ ਪਰਿਵਾਰ 'ਤੇ ਲੱਗ ਰਹੇ। ਮੇਰੀ ਕੈਪਟਨ ਸਾਹਿਬ ਅੱਗੇ ਬੇਨਤੀ, ਜਾਂਚ 1 ਸਾਲ ਹੋ ਗਿਆ ਹੋ ਰਹੀ, ਕੀ ਕਾਰਨ ਹੈ? ਕਿਹੜੇ ਲੋਕ ਨੇ ਜਿਹੜੇ ਕੋਰੋਨਾ ਦੀ ਮਹਾਂਮਾਰੀ 'ਚ ਵੀ ਰਾਜਨੀਤਿਕ ਰੋਟੀਆਂ ਸੇਕ ਰਹੇ, ਕਿਹੜੇ ਲੋਕ ਨੇ ਜਿਹੜੇ ਕੋਰੋਨਾ ਦੀ ਮਹਾਂਮਾਰੀ 'ਚ ਵੀ ਲੁੱਟ ਖਸੁੱਟ ਪਾ ਰਹੇ? ਤੇ ਕੋਰੋਨਾ ਕਾਲ ਨਾਲ ਨਜਿੱਠਣ ਲਈ SGPC ਦੇ ਵੱਲੋਂ ਵੱਖ ਵੱਖ ਥਾਵਾਂ ਤੇ ਕੋਵਿਡ ਕੇਅਰ ਸੈਂਟਰ ਸ਼ੁਰੂ ਕੀਤੇ ਜਾ ਰਹੇ ਨੇ। ਇਸੇ ਕੜੀ ਦੇ ਵਿੱਚ ਰੂਪਨਗਰ ਦੇ ਗੁਰਦੁਆਰਾ ਪੱਠਾ ਸਾਹਿਬ ਵਿਖੇ ਵੀ 25 ਬੈੱਡਾਂ ਦਾ ਸੈਂਟਰ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ SGPC ਪ੍ਰਧਾਨ ਬੀਬੀ ਜਗੀਰ ਕੌਰ ਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੌਜੂਦ ਰਹੇ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਤੇ ਨਾਲ ਹੀ ਕਿਸਾਨਾਂ ਦੇ ਮੁੱਦੇ ਤੇ ਵੀ ਕੇਂਦਰ ਸਰਕਾਰ ਤੇ ਨਿਸ਼ਾਨੇ ਸਾਧੇ। ਫਿਰ ਤੋਂ ਅਖੀਰ ਮੁੱਖ ਮੰਤਰੀ ਬੇਨਤੀ ਕਰਦਾ, ਹਲੇ ਵੀ ਬਿਮਾਰੀ ਦੀ ਆਪਾਂ ਕੋਵਿਡ ਦੀ ਲੜਾਈ ਜੰਗ ਜਿੱਤੀ ਨਹੀਂ ਹੈ, ਹਲੇ ਵੀ ਬੜੀ ਆਪਾਂ ਨੂੰ ਲੜਾਈ ਲੜਨੀ ਪੈਣੀ ਹੈ, ਪਰ ਜੇ ਲੜਨੀ ਹੈ ਘਰੋਂ ਨਿਕਲੋ, ਆਪਣੇ ਮੰਤਰੀਆਂ ਨੂੰ ਆਪਣੇ ਘਰੋਂ ਕੱਢੋ, ਜ਼ਿਲ੍ਹਿਆਂ ਜਾਣ, ਡਿਸਟ੍ਰਿਕਟ ਦੇ ਹਸਪਤਾਲਾਂ ਨੂੰ ਦੇਖਣ। ਕਿਉਂ ਲੋਕ ਡਿਸਟ੍ਰਿਕਟ ਦੇ ਹਸਪਤਾਲਾਂ ਜਾਣ ਤੋਂ ਡਰਦੇ ਹੈ? ਜੇ ਮੰਤਰੀ ਜਾਣਗੇ ਪਤਾ ਲੱਗੂਗਾ ਉਹਨੂੰ, ਅਤੇ ਜੇ ਪਤਾ ਲੱਗੂਗਾ ਉਹਦਾ ਇਲਾਜ ਵੀ ਕਰ ਸਕਦੇ ਹੈ। ਜੇ ਘਰੋਂ ਨਿਕਲਣਾ ਨਹੀਂ ਉਹਨੂੰ ਅਸੀਂ ਸਹੀ ਢੰਗ ਨਾਲ ਵਰਤ ਕੇ ਸੰਗਤ ਦੀ ਸੇਵਾ ਕਰ ਸਕੀਏ, ਕਿਉਂਕਿ ਸਰਬੱਤ ਦਾ ਭਲਾ ਇਸ ਸੰਸਥਾ ਦਾ ਹਮੇਸ਼ਾ ਹੁੰਦੀ ਹੈ, ਮਾਨਵਤਾ ਦੀ ਸੇਵਾ ਕਰਨੀ ਇਸ ਸੰਸਥਾ ਦਾ ਹਮੇਸ਼ਾ ਕਰਨ। ਸਾਰੀ ਡਿਊਟੀ ਹੈ ਕਿ ਲੰਗਰਾਂ 'ਚ ਕੋਈ ਕਮੀ ਨਾ ਆਵੇ, ਸੇਵਾ 'ਚ ਕੋਈ ਕਮੀ ਨਾ ਆਵੇ। ਤੇ ਪੰਜਾਬ ਕਾਂਗਰਸ ਦੀ ਖਾਨਾ ਜੰਗੀ ਤੇ ਵਿਰੋਧੀਆਂ ਦੇ ਤਿੱਖੇ ਪ੍ਰਤੀਕਰਮ ਆਉਣੇ ਜਾਰੀ ਨੇ। ਬਿਕਰਮ ਸਿੰਘ ਮਜੀਠੀਆ ਨੇ ਵੀ ਤਿੱਖਾ ਵਾਰ ਕੀਤਾ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵਿੱਚ ਜਿਹੜੀ ਖਾਨਾ ਜੰਗੀ ਹੈ ਉਹ ਜਾਰੀ ਹੈ। ਉਹਨਾਂ ਨੇ ਕਿਹਾ ਕਿ ਸਿਰਫ ਕੁਰਸੀ ਦੀ ਲੜਾਈ ਲੜੀ ਜਾ ਰਹੀ ਹੈ ਤੇ ਪੰਜਾਬ ਜਿਹੜਾ
ਉਹਦੇ ਵਿੱਚ ਸਿਹਤ ਸੇਵਾਵਾਂ ਪ੍ਰੋਪਰ ਨਹੀਂ ਮਿਲ ਰਹੀਆਂ ਤੇ ਲੋਕ ਪਰੇਸ਼ਾਨ ਹੋ ਰਹੇ ਨੇ। ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਵੀ ਕਾਂਗਰਸ ਸਰਕਾਰ ਤੇ ਤੰਜ ਕੱਸਿਆ। ਲੋਕਾਂ ਦੇ ਲਈ ਤਾਂ ਚਲੋ ਆਕਸੀਜਨ ਮੁੱਕ ਗਈ ਸੀ, ਲੋਕ ਤਾਂ ਫਿਰ ਗੁਰੂ ਦੀ ਕਿਰਪਾ ਨਾਲ ਬਚ ਪੁੱਛ ਗਏ। ਇਹਨਾਂ ਦੀ ਵੀ ਕਾਂਗਰਸ ਸਰਕਾਰ ਦੀ ਵੀ ਆਕਸੀਜਨ ਮੁੱਕੀ ਸਮਝੋ। ਇਹਨਾਂ ਨੂੰ ਹਾਈ ਕਮਾਂਡ ਕੀ, ਵੱਡੇ ਤੋਂ ਵੱਡਾ ਕਮਾਂਡ ਵੀ ਨਹੀਂ ਹੁਣ ਬਚਾ ਸਕਦਾ। ਇਹ ਸਵੇਰੇ ਪਰਸੋਂ ਚੌਥੀ ਖਬਰ ਲੱਗੂਗੀ ਕਿ ਚੜ੍ਹ ਗਈ ਸਰਕਾਰ। ਲੋਕਾਂ ਦੇ ਦੁਕਾਨ ਬੰਦ ਹੋਣ ਕਰਕੇ ਉਹਨਾਂ ਨੂੰ ਰੁਜ਼ਗਾਰ ਨਹੀਂ, ਕਰਜ਼ੇ ਚੜ੍ਹ ਰਹੇ ਆ, ਇਕਨੋਮਿਕ ਮਦਦ ਹੈ ਕੋਈ ਨਹੀਂ, ਲੋਕਾਂ ਦੀ ਸਾਰ ਕੋਈ ਨਹੀਂ, ਬੱਚਿਆਂ ਦੀ ਫੀਸਾਂ ਦਿੱਤੀਆਂ ਨਹੀਂ ਜਾ ਸਕਦੀਆਂ, ਹਰ ਵਰਗ ਦੁਖੀ ਹੈ। ਮਗਰ ਸਰਕਾਰ ਕੁਰਸੀ ਦੀ ਲੜਾਈ 'ਚ ਭਾਵੇਂ ਠੋਕੋ ਤਾਲੀ ਹੈ ਅਤੇ ਭਾਵੇਂ ਚੀਕੂ ਸੀਤਾਫਲ ਹੈ, ਸਭ ਇਸੇ ਕੰਮ ਨੂੰ ਲੱਗੇ। ਕਾਂਗਰਸ ਕੁਰਸੀ ਦੀ ਲੜਾਈ ਲੜ ਰਹੀ ਹੈ, ਕੋਰੋਨਾ ਦੀ ਲੜਾਈ ਨਹੀਂ ਲੜ ਰਹੀ। ਤੇ ਕੋਵਿਡ ਟੀਕੇ ਬਣਾਉਣ ਵਾਲੀਆਂ ਕੰਪਨੀਆਂ ਦੇ ਵਿੱਚੋਂ ਮਾਡਰਨਾ ਨੇ ਪੰਜਾਬ ਸਰਕਾਰ ਨੂੰ ਸਿੱਧੇ ਟੀਕੇ ਭੇਜਣ ਤੋਂ ਇਨਕਾਰ ਕਰ ਦਿੱਤਾ। ਨੀਤੀ ਅਨੁਸਾਰ ਉਹ ਸਿਰਫ ਭਾਰਤ ਸਰਕਾਰ ਨਾਲ ਹੀ ਸਮਝੌਤਾ ਕਰ ਸਕਦੇ ਨੇ, ਨਾ ਕਿ ਕਿਸੇ ਸੂਬਾ ਸਰਕਾਰ ਦਾ ਨਿੱਜੀ ਧਿਰ ਦੇ ਨਾਲ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਸੂਬੇ ਦੇ ਵਿੱਚ ਜਲਦ ਟੀਕਾਕਰਨ ਯਕੀਨੀ ਬਣਾਉਣ ਲਈ ਸਾਰੇ ਸਰੋਤਾਂ ਤੋਂ ਟੀਕਿਆਂ ਦੀ ਖਰੀਦ ਲਈ ਨਿਰਦੇਸ਼ ਦਿੱਤਾ ਸੀ। ਇਹ ਪਹੁੰਚ ਸਪੁਤਨਿਕ ਵੀ, ਫਾਈਜ਼ਰ, ਮਾਡਰਨਾ ਅਤੇ ਜੌਨਸਨ ਐਂਡ ਜੌਨਸਨ ਨਾਲ ਕੀਤੀ ਗਈ, ਪਰ ਹਾਲੇ ਤੱਕ ਸਿਰਫ ਮਾਡਰਨਾ ਦੇ ਵੱਲੋਂ ਹੀ ਜਵਾਬ ਆਇਆ ਹੈ। ਤੇ ਕੋਵਿਡ ਮਰੀਜ਼ਾਂ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਇੱਕ ਉਪਰਾਲਾ ਕੀਤਾ ਗਿਆ। ਪੰਜਾਬ ਸਰਕਾਰ ਨੇ ਕੋਵਿਡ ਮਰੀਜ਼ਾਂ ਲਈ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ, ਜਿਸ ਦਾ ਜ਼ੀ ਮੀਡੀਆ ਵੱਲੋਂ ਰਿਐਲਿਟੀ ਚੈੱਕ ਕੀਤਾ ਗਿਆ। ਜ਼ੀ ਮੀਡੀਆ ਦੇ ਵੱਲੋਂ ਹੈਲਪਲਾਈਨ ਦੇ ਕੰਟਰੋਲ ਰੂਮ ਤੱਕ ਜਾ ਕੇ ਇਹ ਜਾਣਕਾਰੀ ਲਈ ਕਿ ਇਸ ਹੈਲਪਲਾਈਨ ਨੰਬਰ ਦੇ ਜ਼ਰੀਏ ਕਿਵੇਂ ਲੋਕਾਂ ਨੂੰ ਸਹਾਇਤਾ ਪਹੁੰਚਾਈ ਜਾਂਦੀ ਹੈ। ਇਸ ਸੰਬੰਧ ਵਿੱਚ ਸਿਹਤ ਮੰਤਰੀ ਦੇ ਬੇਟੇ ਨੇ ਵਿਸਥਾਰ ਪੂਰਵਕ ਜਾਣਕਾਰੀ ਵੀ ਦਿੱਤੀ। ਉਹਨਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਕੋਵਿਡ ਮਰੀਜ਼ ਨੂੰ ਹੈਲਪਲਾਈਨ ਦੇ ਨੰਬਰ ਤੇ ਕੰਟਰੋਲ ਰੂਮ ਨੂੰ ਕਾਲ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਇੱਕ ਫਾਰਮ ਭਰਨ ਤੋਂ ਬਾਅਦ ਮਰੀਜ਼ ਤੱਕ ਸਹਾਇਤਾ ਪਹੁੰਚਾ ਦਿੱਤੀ ਜਾਂਦੀ ਹੈ। ਪੀਪੀਸੀਸੀ ਵੱਲੋਂ ਇਸ਼ੂ ਕੀਤਾ ਗਿਆ ਕੋਵਿਡ ਹੈਲਪਲਾਈਨ ਨੰਬਰ ਦੇ ਕੰਟਰੋਲ ਰੂਮ ਦੇ ਵਿੱਚ। ਤੁਸੀਂ ਵੇਖ ਸਕਦੇ ਹੋ ਇੱਥੇ ਸਭ ਤੋਂ ਪਹਿਲਾਂ ਕਾਲਸ ਜਿਹੜੀਆਂ ਉਹ ਰਿਸੀਵ ਕੀਤੀ ਜਾ ਰਹੀਆਂ ਨੇ, ਜਿਹੜੇ ਪਾਰਟੀ ਦੇ ਵਰਕਰਸ ਨੇ, ਸਭ ਤੋਂ ਪਹਿਲਾਂ ਕੁਐਰੀਜ਼ ਕੋਈ ਵੀ ਕੋਵਿਡ ਪੇਸ਼ੈਂਟ ਦੀ ਹੈ ਉਹ ਇੱਥੇ ਇਸ ਵਕਤ ਕੁਐਰੀ ਇਹਨਾਂ ਨੂੰ ਮਿਲ ਫੋਨ ਰਾਹੀਂ ਜਿਹੜੀ ਕਿ ਦਿੱਤੀ ਜਾ ਰਹੀ ਹੈ, ਤਾਂ ਉਸ ਤੋਂ ਬਾਅਦ ਇਹ ਕੁਐਰੀ ਜਿਹੜੀ ਕੀ ਹੈ ਇਹ ਪ੍ਰੋਸੈਸ ਕੀਤੀ ਜਾਂਦੀ ਹੈ ਕਿ ਕੁਛ ਡਿਮਾਂਡ ਹੈ ਕੋਵਿਡ ਪੇਸ਼ੈਂਟ ਦੀ, ਉਹ ਸਾਰੀ ਇੱਥੇ ਜਾਣੀ ਜਾਂਦੀ ਹੈ। ਇੱਥੇ ਸਾਡੇ ਨਾਲ ਮੌਜੂਦ ਨੇ ਯੂਥ ਕਾਂਗਰਸ ਦੇ ਪ੍ਰਧਾਨ ਅਤੇ ਪੰਜਾਬ ਦੇ ਸਿਹਤ ਮੰਤਰੀ ਦੇ ਬੇਟੇ ਬਲਬੀਰ ਸਿੱਧੂ ਜੀ ਦੇ ਬੇਟੇ ਕਰਨਵੀਰ ਸਿੱਧੂ ਜੀ। ਕਰਨਵੀਰ ਜੀ, ਕਿਵੇਂ ਪੂਰਾ ਮਕੈਨਿਜ਼ਮ ਚੱਲਦਾ ਹੈ ਕੋਵਿਡ ਹੈਲਪਲਾਈਨ ਨੰਬਰ ਜਿਹੜਾ ਕਿ ਇਸ਼ੂ ਕੀਤਾ ਗਿਆ ਸੀਗਾ ਪੀਪੀਸੀਸੀ ਵੱਲੋਂ, ਉਹਨੂੰ ਕਿਵੇਂ ਤੁਸੀਂ ਮੈਨੇਜ ਕਰ ਰਹੇ ਹੋ, ਕੀ ਪੂਰਾ ਮਕੈਨਿਜ਼ਮ ਹੈ, ਕਾਲ ਜਾਣ ਤੋਂ ਬਾਅਦ ਕੀ ਕੁਛ ਪ੍ਰੋਸੀਜਰ ਹੁੰਦਾ? ਅਨਮੋਲ ਜੀ, ਦੇਖੋ ਜੋ ਮੈਂ ਥੋੜ੍ਹਾ ਜਿਹਾ ਤੁਹਾਨੂੰ ਬੈਕਗਰਾਊਂਡ ਦੱਸਦਾ ਕਿ ਵੀ ਇਹ 4 ਤਰੀਕ ਨੂੰ ਅਸੀਂ ਹੈਲਪ ਸੈਂਟਰ ਸ਼ੁਰੂ ਕੀਤਾ ਸੀ। ਜਾਖੜ ਸਾਹਿਬ ਸਿਹਤ ਮੰਤਰੀ ਸਾਹਿਬ ਨੇ ਆ ਕੇ ਇਹਦਾ ਉਦਘਾਟਨ ਕੀਤਾ ਸੀਗਾ। 2 ਕੋਆਰਡੀਨੇਟਰ ਲਗਾਏ ਸੀ, ਮੇਰੇ ਭਰਾ ਅਮਰਪ੍ਰੀਤ ਲਾਲੀ ਜੀ ਜੋ ਇੰਡੀਅਨ ਯੂਥ ਕਾਂਗਰਸ ਦੇ ਜਨਰਲ ਸੈਕਟਰੀ ਨੇ ਨੈਸ਼ਨਲ, ਅਤੇ ਮੈਂ ਨਾਲ ਉਹਨਾਂ ਦੇ ਮੇਰੀ ਡਿਊਟੀ ਲੱਗੀ ਸੀ ਕਿ ਵੀ ਇਹ ਸਾਰਾ ਹੈਲਪਲਾਈਨ ਦਾ ਜੋ ਕੰਮ ਹੈ ਤੁਸੀਂ ਚਲਾਉਣਾ। ਸੋ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਕਾਫੀ ਲੋਕਾਂ ਦੇ ਸਾਨੂੰ ਪੰਜਾਬ 'ਚੋਂ ਕਾਲਸ ਆ ਰਹੀਆਂ ਨੇ, ਵੱਖ ਵੱਖ ਤਰ੍ਹਾਂ ਦੀਆਂ ਪ੍ਰੋਬਲਮਸ ਨੇ, ਅਤੇ ਅਸੀਂ ਵੱਧ ਤੋਂ ਵੱਧ ਜਿੰਨਾ ਹੋ ਸਕਦੇ ਉਹਨਾਂ ਦੀਆਂ ਜੋ ਪ੍ਰੋਬਲਮਸ ਹੈ ਉਹ ਹੱਲ ਕਰਨ ਦੀ ਕੋਸ਼ਿਸ਼ ਕਰੀਦੀ ਹੈ। ਅਸੀਂ ਇਸ ਤੋਂ ਇਲਾਵਾ ਜਿਸ ਤਰੀਕੇ ਨਾਲ ਆਕਸੀਜਨ ਜਾਂ ਕਰੋਨਾ ਕਿੱਟ ਜਾਂ ਫਤਿਹ ਕਿੱਟ ਤਮਾਮ ਚੀਜ਼ਾਂ ਦੀ ਘਾਟ ਜਿਹੜੀ ਕੀ ਹੈ ਉਹ ਤੁਸੀਂ ਕਿਵੇਂ ਅਵੇਲ ਕਰਾਉਂਦੇ ਹੋ? ਜੇਕਰ ਫੋਰ ਐਗਜ਼ਾਮਪਲ ਤੁਹਾਡੇ ਕੋਲ ਕੋਈ ਅੰਮ੍ਰਿਤਸਰ ਜਾਂ ਜਲੰਧਰ ਤੋਂ ਕਾਲ ਆਉਂਦਾ,
ਕੰਟਰੋਲ ਸੈਂਟਰ ਤੁਹਾਡਾ ਚੰਡੀਗੜ੍ਹ, ਕਿਵੇਂ ਤੁਸੀਂ ਕੋਆਰਡੀਨੇਟ ਕਰਦੇ ਹੋ ਅਤੇ ਉਹਨਾਂ ਦੇ ਘਰ ਤੱਕ ਕਿਵੇਂ ਰਿਸੋਰਸ ਪਹੁੰਚਾਉਂਦੇ? ਜਿਵੇਂ ਜੀ ਦੇਖੋ, ਫੋਰ ਐਗਜ਼ਾਮਪਲ ਆਹ ਸਾਨੂੰ ਮੁਕਤਸਰ ਤੋਂ ਕਾਲ ਆਈ ਹੋਈ ਹੈ ਅਤੇ ਇਹ ਕਹਿੰਦੇ ਜੀ ਸਾਡੀ ਵੈਕਸੀਨੇਸ਼ਨ ਕਰਾਈ ਜਾਵੇ, ਤਾਂ ਅਸੀਂ ਕੀ ਕਰਦੇ ਹਾਂ ਇਸ ਫੋਰਮ ਦੀ ਫੋਟੋ ਖਿੱਚ ਕੇ ਜਿਹੜੀ ਸਾਡੀ ਮੁਕਤਸਰ ਦੀ ਟੀਮ ਹੈ ਅਸੀਂ ਉਹਨਾਂ ਨੂੰ ਭੇਜ ਦਿੰਦੇ ਹਾਂ ਅਤੇ ਉਹ ਇਹਨਾਂ ਨਾਲ ਇਹਨਾਂ ਦੇ ਦਿੱਤੇ ਹੋਏ ਨੰਬਰ 'ਤੇ ਸੰਪਰਕ ਕਰਦੀ ਹੈ ਅਤੇ ਜੋ ਵੀ ਇਹਨਾਂ ਦੀ ਪ੍ਰੋਬਲਮ ਹੁੰਦੀ ਹੈ ਅਤੇ ਉਹਦਾ ਜੋ ਹੱਲ ਹੈ ਉਹ ਸਾਡੀ ਟੀਮ ਉੱਥੇ ਕਰਾਉਂਦੀ ਹੈ। ਕਿੰਨੇ ਕੁ ਤੁਹਾਨੂੰ ਇਸ ਵਕਤ ਕਾਲ ਟੋਟਲੀ ਆ ਚੁੱਕੇ ਨੇ, ਕਿਉਂਕਿ ਕਾਫੀ ਦਿਨ ਹੋ ਚੁੱਕੇ ਨੇ ਇਸ ਹੈਲਪਲਾਈਨ ਨੂੰ ਜਾਰੀ ਹੋਏ, ਤਾਂ ਕਿੰਨੇ ਕੁ ਤੁਹਾਨੂੰ ਟੋਟਲ ਪੰਜਾਬ ਤੋਂ ਕਾਲਜ ਆ ਚੁੱਕੇ ਨੇ ਅਤੇ ਕਿੰਨਿਆਂ ਦੀ ਕੁਐਰੀਜ਼ ਤੁਸੀਂ ਸੋਲਵ ਕਰ ਚੁੱਕੇ? ਦੇਖੋ, ਸਾਨੂੰ ਹੁਣ ਤੱਕ ਤਕਰੀਬਨ 2500-3000 ਦੇ ਕਰੀਬ ਕਾਲਜ ਆ ਚੁੱਕੇ ਨੇ। ਜ਼ਿਆਦਾਤਰ ਅਸੀਂ ਇਸ ਕੰਟਰੋਲ ਰੂਮ 'ਚ ਵੀ ਵੇਖ ਰਿਹਾ ਕਿ ਯੂਥ ਦਾ ਯੋਗਦਾਨ ਕਾਫੀ ਜ਼ਿਆਦਾ ਵੇਖਣ ਨੂੰ ਮਿਲ ਰਿਹਾ, ਅਤੇ ਕੀ ਪੰਜਾਬ ਵਿੱਚ ਜ਼ਿਆਦਾਤਰ ਜਿਹੜੇ ਵਲੰਟੀਅਰਸ ਨੇ ਕਿ ਉਹ ਯੂਥ ਨੇ, ਅਤੇ ਨਾਲ ਦੇ ਨਾਲ ਕਿਤੇ ਨਾ ਕਿਤੇ ਪੰਜਾਬ ਦੀ ਜਿਹੜੀ ਗਲੋਬਲੀ ਇਮੇਜ ਇੱਕ ਗਈ ਹੋਈ ਸੀਗੀ ਯੂਥ ਨੂੰ ਲੈ ਕੇ, ਖਾਸ ਕਰ ਉਹ ਵੀ ਕਿਤੇ ਨਾ ਕਿਤੇ ਇੰਪਰੂਵ ਹੁੰਦੀ ਨਜ਼ਰ ਆ ਰਹੀ ਹੈ ਇਸ ਉਪਰਾਲੇ ਤੋਂ? ਬਿਲਕੁਲ ਜੀ, ਮੈਂ ਦੱਸਣਾ ਚਾਹੁੰਦਾ ਕਿ ਵੀ ਮੈਨੂੰ ਨੌਜਵਾਨਾਂ ਦੇ ਇੰਨੇ ਫੋਨ ਆਉਂਦੇ ਨੇ, ਇਹ ਸਾਰੇ ਨੌਜਵਾਨ ਵਲੰਟੀਅਰ ਕਰ ਰਹੇ ਨੇ, ਇਹ ਸਭ ਪਾਰਟੀ ਨਾਲ ਜੁੜੇ ਹੋਏ ਨੇ ਅਤੇ ਜੋ ਸੇਵਾ ਭਾਵਨਾ ਨਾਲ ਇੱਥੇ ਆਉਂਦੇ ਨੇ ਰੋਜ਼ ਦਿਨੇ ਵੀ, ਸਾਡੀ ਟੀਮ ਰਾਤ ਦੀ ਵੀ ਟੀਮ ਹੈ, ਰਾਤ ਨੂੰ ਵੀ 6-7 ਜਣਿਆਂ ਦੀ ਟੀਮ ਇੱਥੇ ਬੈਠਦੀ ਹੈ ਜੋ ਸਾਰੇ ਮਸਲੇ ਹੈ ਉਹ ਹੱਲ ਕਰਾਉਂਦੀ ਹੈ। ਸੋ ਯੂਥ ਦੇ ਫੀਲਡ 'ਚੋਂ ਸਾਨੂੰ ਬਹੁਤ, ਮਤਲਬ ਯੂਥ ਕਾਂਗਰਸ ਦੇ ਵਰਕਰਸ ਦੇ ਬਹੁਤ ਫੋਨ ਆ ਰਹੇ ਹੈ ਕਿ ਵੀ ਤੁਸੀਂ ਸਾਨੂੰ ਵੀ ਇਸ 'ਚ ਜੋੜੋ, ਅਸੀਂ ਵੀ ਕੰਮ ਕਰਨਾ ਚਾਹੁੰਦੇ ਹਾਂ। ਕੈਮਰਾਮੈਨ ਧਰਮਵੀਰ ਦੇ ਨਾਲ ਅਨਮੋਲ ਗੁਲਾਟੀ, ਜ਼ੀ ਮੀਡੀਆ, ਚੰਡੀ। ਅਤੇ ਕਰੋਨਾ ਦੀ ਇਸ ਭਿਆਨਕ ਮਹਾਂਮਾਰੀ ਤੋਂ ਆਪਣਾ ਅਤੇ ਆਪਣਿਆਂ ਦਾ ਧਿਆਨ ਰੱਖਣ ਲਈ ਮੁੱਖ ਮੰਤਰੀ ਕੈਪਟਨ ਦੀ ਅਪੀਲ 'ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਠੀਕਰੀ ਪੈਰੇ ਲੱਗਣੇ ਸ਼ੁਰੂ ਹੋ ਚੁੱਕੇ ਨੇ। ਫਾਜ਼ਿਲਕਾ ਅਤੇ ਤਰਨ ਤਾਰਨ ਦੇ ਪਿੰਡਾਂ ਦੇ ਵਿੱਚ ਠੀਕਰੀ ਪੈਰੇ ਲਗਾਏ ਜਾ ਰਹੇ ਨੇ। ਅਬੋਹਰ ਦੇ 68 ਪਿੰਡਾਂ ਦੇ ਵਿੱਚ ਠੀਕਰੀ ਪੈਰੇ ਲਗਾਏ ਜਾ ਰਹੇ ਨੇ, ਜਦਕਿ ਤਰਨ ਤਾਰਨ ਦੇ ਜਿਹੜੇ ਨੇ ਪਿੰਡਾਂ ਦੇ ਵਿੱਚ 350 ਪਿੰਡਾਂ ਵਿੱਚ ਠੀਕਰੀ ਪੈਰੇ ਲਾਏ ਜਾ ਰਹੇ ਨੇ। ਇਹ ਦੋ ਤਸਵੀਰਾਂ ਇੱਕ ਫਾਜ਼ਿਲਕਾ ਦੀ ਹੈ ਅਤੇ ਇੱਕ ਤਰਨ ਤਾਰਨ ਦੀ ਹੈ, ਜਿੱਥੇ ਠੀਕਰੀ ਪੈਰੇ ਲਗਾਏ ਜਾ ਰਹੇ ਨੇ ਅਤੇ ਪਿੰਡਾਂ ਦੇ ਵਿੱਚ ਆਉਣ ਜਾਣ ਵਾਲੇ ਲੋਕਾਂ ਦੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਅਤੇ ਕੋਵਿਡ 'ਤੇ ਠੱਲ ਪਾਉਣ ਦੇ ਲਈ ਜਿਹੜੀ ਇਹ ਮੁਹਿੰਮ ਹੈ ਇਹ ਕਾਰਗਰ ਸਾਬਿਤ ਹੋ ਰਹੀ ਹੈ, ਇਹ ਪਿੰਡਾਂ ਵਾਲੇ ਲੋਕਾਂ ਦਾ ਕਹਿਣਾ। ਇਹ ਕਰੋਨਾ ਮਹਾਂਮਾਰੀ ਚੱਲਦੀ ਹੈ, ਇਹਦੇ ਉਪਰੰਤ ਸਾਨੂੰ ਲਾਉਣਾ ਪੈਂਦਾ ਜੀ, ਪਿੰਡ 'ਚ ਮਰੀਜ਼ ਬਹੁਤ ਆ ਗਿਆ ਅਤੇ ਬਹੁਤ ਖਤਰਾ ਹੋ ਗਿਆ ਜੀ। ਪਿੰਡ ਦੇ ਚਾਰੇ ਪਾਸੇ ਠੀਕਰੀ ਪੇਰਾ ਲੱਗਦਾ ਜੀ, 3-4 ਦਿਨ ਹੋ ਗਏ ਘੱਟੋ ਘੱਟ, ਇਸ ਕਰਕੇ ਠੀਕਰੀ ਪੇਰਾ ਲੱਗ ਰਿਹਾ ਜੀ, ਬਹੁਤ ਜ਼ਿਆਦਾ ਕੇਸ ਵੱਧ ਗਏ ਇਸ ਕਰਕੇ ਲਾਉਣਾ ਪਿਆ ਜੀ। ਤੁਹਾਨੂੰ ਇਸ ਗੱਲ ਦਾ ਪਤਾ ਹੈ ਵੀ ਕਰੋਨਾ ਦੀ ਜਿਹੜੀ ਮਹਾਂਮਾਰੀ ਹੈ ਉਹ ਇਸ ਟਾਈਮ ਪਿੰਡਾਂ ਦੇ ਵਿੱਚ ਪੈਰ ਪਸਾਰ ਚੁੱਕੀ ਹੈ, ਜਿਸ ਦੇ ਸੰਬੰਧ ਵਿੱਚ ਮਾਨਯੋਗ DC ਸਾਹਿਬ ਫਾਜ਼ਿਲਕਾ ਅਤੇ ਮਾਨਯੋਗ SSP ਸਾਹਿਬ ਫਾਜ਼ਿਲਕਾ ਵੱਲੋਂ ਸਾਨੂੰ ਉਦੇਸ਼ ਨੇ ਵੀ ਹਰੇਕ ਪਿੰਡ ਦੇ ਵਿੱਚ ਠੀਕਰੀ ਪੈਰਾ ਲਵਾਇਆ ਜਾਵੇ, ਤਾਂ ਜੋ ਵੀ ਵਿਅਕਤੀ ਬਾਹਰੋਂ ਪਿੰਡ ਵਿੱਚ ਐਂਟਰ ਕਰਦਾ ਉਹਦਾ ਪਤਾ ਚੱਲੇ ਵੀ ਕਿੱਥੋਂ ਆ ਰਿਹਾ ਅਤੇ ਕਿੱਥੇ ਜਾ ਰਿਹਾ, ਜਾਂ ਪਿੰਡ ਵਾਲਾ ਵਿਅਕਤੀ ਜਿਹੜਾ ਬਿਨਾਂ ਕੰਮ ਤੋਂ ਤੁਰਿਆ ਫਿਰਦਾ ਪਿੰਡ 'ਚ ਉਹਦੇ ਬਾਰੇ ਪਤਾ ਲੱਗ ਸਕਦਾ। ਪਿੰਡ ਬਿਲਕੁਲ ਜੀ ਕਰੋਨਾ ਰਿਹਾ, ਤਾਂ ਇਸ ਟਾਈਮ ਸਾਡਾ ਪਿੰਡ ਦੇ ਵਿੱਚ ਸਾਡੀ ਪੰਚਾਇਤ ਨੇ ਜੋ ਠੀਕਰੀ ਪੈਰਾ ਅਸੀਂ ਲਾਇਆ ਹੋਇਆ, ਸਾਰੇ ਪਿੰਡਾਂ ਦੇ ਵਿੱਚ ਸਾਰੀਆਂ ਗਲੀਆਂ ਦੇ ਵਿੱਚ ਠੀਕਰੀ ਪੈਰੇ ਲੱਗਦੇ ਨੇ, ਉਹਦੇ ਜੋ ਵੀ ਕੋਈ ਬੰਦਾ ਉਹਨੂੰ ਆਇਡੈਂਟੀਫਾਈ ਕਰਕੇ ਫਿਰ ਉਹਨੂੰ ਅੰਦਰ ਆਉਣ ਦਿੱਤਾ ਜਾਂਦਾ ਆ, ਜਾਂ ਉਹਦੀ ਕੋਵਿਡ ਰਿਪੋਰਟ ਜਾਂ ਉਹਦਾ ਵੈਕਸੀਨ ਦਾ ਜਿਹੜਾ ਮਤਲਬ ਲੱਗੀ ਹੋਏ ਅਤੇ ਫਿਰ ਅਸੀਂ ਪਿੰਡ 'ਚੋਂ ਆਉਂਦੇ ਨੇ, ਅਦਰਵਾਈਜ਼ ਅਸੀਂ ਪਿੰਡ 'ਚ ਕਿਸੇ ਅਨਨਾਉਣ ਬੰਦੇ ਨੂੰ ਨਹੀਂ ਵੜਨ ਦਿੰਦੇ। ਠੀਕਰੀ ਪੈਰੇ ਦਾ ਬਹੁਤ ਵਧੀਆ ਅਸਰ ਹੈ ਸਾਡੇ ਪਿੰਡ ਦੇ ਵਿੱਚ, ਕੋਈ ਵੀ ਅੱਜ ਤੱਕ ਸਾਡੇ ਕੋਈ ਪੋਜ਼ਿਟਿਵ ਕੇਸ ਨਹੀਂ ਹੈਗਾ, ਅਸੀਂ ਆਪਣੇ ਪਿੰਡ ਨੂੰ ਬਚਾ ਕੇ ਰੱਖਣਾ ਚਾਹੁੰਦੇ ਇਸ ਚੀਜ਼। ਅਤੇ ਗੱਲ ਕਰਦੇ ਹਾਂ ਬਲੈਕ ਫੰਗਸ ਦੀ। ਮੁਕਤਸਰ ਸਾਹਿਬ ਦੇ ਵਿੱਚ ਲਗਾਤਾਰ 3 ਦਿਨਾਂ ਤੋਂ ਬਲੈਕ ਫੰਗਸ ਦੇ ਕੇਸ ਸਾਹਮਣੇ ਆ ਰਹੇ ਨੇ, ਜਿਸ ਨੇ ਕਿ ਸਿਹਤ ਵਿਭਾਗ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਨੇ, ਜਿਸ ਤੋਂ ਬਾਅਦ ਸਿਵਲ ਸਰਜਨ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਵੀ ਕੀਤੀ ਹੈ। ਉਹਨਾਂ ਲੋਕਾਂ ਨੂੰ ਬਲੈਕ ਫੰਗਸ ਦੇ ਲੱਛਣਾਂ ਬਾਰੇ ਦੱਸਿਆ ਅਤੇ ਕਿਹਾ ਕਿ ਮਰੀਜ਼ਾਂ ਦੇ ਲਈ
ਸੁਰੱਖਿਅਤ ਰਹਿਣ ਲਈ ਇੱਕੋ ਇੱਕ ਵਿਕਲਪ ਪਰਹੇਜ਼ ਹੈ। ਇਸ ਦੇ ਲਈ ਲੋਕਾਂ ਨੂੰ ਪਰਹੇਜ਼ ਕਰਨਾ ਪਵੇਗਾ। ਬਲੈਕ ਫੰਗਸ ਦੇ ਕੇਸ ਨਿਗਾਹ ਦੇ ਵਿੱਚ ਆਏ ਹਾਂ, ਉਹ ਉਹਨਾਂ ਲੋਕਾਂ ਨੂੰ ਬਲੈਕ ਫੰਗਸ ਦੇਖਣ 'ਚ ਆਈ ਹੈ ਜਿਨ੍ਹਾਂ ਦੀ ਇਮਿਊਨਿਟੀ ਬਹੁਤ ਲੋਅ ਹੁੰਦੀ ਹੈ, ਜਿਹੜੇ ਜਿਸ ਤਰ੍ਹਾਂ ਕਿ ਕੋਈ ਸ਼ੂਗਰ ਦਾ ਮਰੀਜ਼ ਹੈ ਜਾਂ ਕੋਈ ਕੈਂਸਰ ਦਾ ਮਰੀਜ਼ ਹੈ ਜਾਂ ਕੋਈ ਅਮਿਊਨੋ ਸਪਰੈਸੈਂਟ ਦਵਾਈਆਂ ਲੈ ਰਹੇ ਹੈ, ਅਤੇ ਉਹਨਾਂ ਨੂੰ ਸਟੀਰੋਇਡ ਜਿਹੜੇ ਹੈਗੇ ਆ ਹੈਵੀ ਮਾਤਰਾ ਦੇ ਵਿੱਚ ਦਿੱਤੇ ਜਾਂਦੇ ਆ, ਉਹਨਾਂ ਕੇਸਿਸ ਦੇ ਵਿੱਚ ਇਹ ਫੰਗਲ ਇਨਫੈਕਸ਼ਨ ਜਿਹੜੀ ਹੈਗੀ ਆ ਉਹ ਦੇਖਣ 'ਤੇ ਆਈ ਹੈ। ਇਹਦੇ ਵਿੱਚ ਜਿਹੜੀ ਹੈ ਅੱਖਾਂ ਦੀ ਪ੍ਰੋਬਲਮ ਆ ਸਕਦੀ ਹੈ, ਨੱਕ ਦੀ ਵਿੱਚੋਂ ਰੇਸ਼ਾ ਲਾਲ ਰੰਗ ਦਾ ਆ ਸਕਦਾ ਹੈ, ਜਿਹੜਾ ਫੇਸ 'ਤੇ ਸਵੈਲਿੰਗ ਹੋ ਸਕਦੀ ਹੈ ਅਤੇ ਦਰਦ ਰਹਿ ਸਕਦਾ, ਸਵੀਅਰ ਹੈਡੇਕ ਹੋ ਸਕਦਾ ਹੈ। ਇਸ ਤੋਂ ਇਲਾਵਾ ਮੂੰਹ ਦੇ ਵਿੱਚ ਛਾਲੇ ਹੋ ਸਕਦੇ ਨੇ, ਇਸ ਤੋਂ ਆਪਾਂ ਜਿਹੜੇ ਹੈਗੇ ਆ ਸਾਵਧਾਨ ਰਹਿਣਾ ਚਾਹੀਦਾ। ਸੰਗਰੂਰ ਦੇ ਲਹਿਰਾ ਗਾਗਾ ਵਿੱਚ 13 ਸਾਲ ਦੀ ਬੱਚੀ ਰਾਧਾ ਆਪਣੇ ਪਿਤਾ ਦਾ ਸਹਾਰਾ ਬਣੀ ਹੋਈ ਹੈ। ਰਾਧਾ ਰੱਦੀ ਅਖਬਾਰ ਦੇ ਲਿਫਾਫੇ ਬਣਾ ਕੇ ਬਾਜ਼ਾਰ ਦੇ ਵਿੱਚ ਰੇਹੜੀਆਂ ਉੱਤੇ ਵੇਚ ਕੇ ਘਰ ਦਾ ਗੁਜ਼ਾਰਾ ਚਲਾ ਰਹੀ ਹੈ। ਰਾਧਾ ਦੱਸਦੀ ਹੈ ਕਿ 1 ਸਾਲ ਤੋਂ ਉਸਦੇ ਪਿਤਾ ਬਿਮਾਰ ਨੇ, ਘਰ ਦਾ ਗੁਜ਼ਾਰਾ ਚਲਾਉਣ ਲਈ ਉਸਨੂੰ ਇਹ ਸਭ ਕਰਨਾ ਪੈਂਦਾ ਹੈ। ਕਈ ਵਾਰ ਮਨ ਵੀ ਨਹੀਂ ਹੁੰਦਾ ਪਰ ਮਾਂ ਗੁੱਸਾ ਕਰਕੇ ਉਸਨੂੰ ਭੇਜ ਦਿੰਦੀ ਹੈ। ਰਾਧਾ ਕਹਿੰਦੀ ਹੈ ਕਿ ਉਸਨੂੰ ਆਪਣੇ ਮਾਤਾ ਪਿਤਾ ਨਾਲ ਬੇਹੱਦ ਪਿਆਰ ਹੈ, ਇਸ ਲਈ ਕਈ ਵਾਰ ਨਾ ਚਾਹੁੰਦੇ ਹੋਏ ਵੀ ਉਹ ਇਹ ਕੰਮ ਕਰਦੀ ਹੈ। ਰਾਧਾ ਆਪਣੀ ਭੈਣ ਨਾਲ ਮਿਲ ਕੇ ਲਿਫਾਫੇ ਤਿਆਰ ਕਰਦੀ ਹੈ, ਹੋਰ ਅਤੇ ਹੋਰ ਆਪਣੀ ਪੜ੍ਹਾਈ ਲਈ ਵੀ ਸਮਾਂ ਕੱਢਦੀ ਹੈ। ਰਾਧਾ ਪੜ੍ਹਨਾ ਚਾਹੁੰਦੀ ਹੈ ਪਰ ਪਰਿਵਾਰ ਦੇ ਆਰਥਿਕ ਹਾਲਾਤ ਅਤੇ ਪਿਤਾ ਦੀ ਬਿਮਾਰੀ ਨੇ ਉਸਦੀ ਇਹ ਮੁਸ਼ਕਿਲ ਵਧਾ ਦਿੱਤੀ ਹੈ। ਅਜਿਹੇ ਵਿੱਚ ਪਰਿਵਾਰ ਨੂੰ ਇੱਕ ਸਹਾਰੇ ਦੀ ਲੋੜ ਹੈ ਅਤੇ ਉਮੀਦ ਵੀ ਹੈ ਕਿ ਸਹਾਰਾ ਜ਼ਰੂਰ ਮਿਲੇਗਾ। ਲੋੜ ਇਨਸਾਨ ਤੋਂ ਕੀ ਨਹੀਂ ਕਰਵਾ ਸਕਦੀ, ਸੁਣਦੇ ਆਇਆ ਕਦੇ ਕਦੇ ਵੇਖਣ ਨੂੰ ਵੀ ਮਿਲ ਜਾਂਦਾ ਹੈ। ਜਿੱਦਾਂ ਅੱਜ ਰਾਧਾ ਦੇ ਰੂਪ 'ਚ ਇੱਕ ਵਾਰ ਫਿਰ ਜ਼ਿੰਦਗੀ ਦੀ ਹਕੀਕਤ ਨਾਲ ਸਾਹਮਣਾ ਹੋ ਗਿਆ। ਇਹਨਾਂ ਤਸਵੀਰਾਂ ਰਾਹੀਂ ਮਿਲੋ ਇਸ 13 ਸਾਲ ਦੀ ਬੱਚੀ। ਸੰਗਰੂਰ ਦੇ ਲਹਿਰਾ ਗਾਗਾ ਤੋਂ ਰੱਦੀ ਅਖਬਾਰ ਦੇ ਲਿਫਾਫੇ ਬਣਾਉਂਦੀ ਇਹ ਹੈ ਰਾਧਾ, ਜੋ ਜ਼ਿੰਦਗੀ ਦੀ ਮਜਬੂਰੀ ਵੀ ਦਰਸਾਉਂਦੀ ਹੈ ਤੇ ਉਸਨੂੰ ਹਰਾਉਣਾ ਕੀਤਾ ਉਸਦੀ ਜਾਂਚ ਵੀ ਬਖੂਬੀ ਸਿਖਾਉਂਦੀ ਹੈ। ਦਰਅਸਲ ਰਾਧਾ ਆਪਣੇ ਪਿਤਾ ਦਾ ਸਹਾਰਾ ਤੇ ਪਰਿਵਾਰ ਦਾ ਗੁਜ਼ਾਰਾ ਬਣੀ ਹੋਈ ਹੈ। ਰੱਦੀ ਅਖਬਾਰ ਦੇ ਲਿਫਾਫੇ ਬਣਾ ਕੇ ਬਾਜ਼ਾਰ 'ਚ ਵੇਚਦੀ ਹੈ। ਪਹਿਲਾਂ ਖੁਦ ਭੈਣ ਨਾਲ ਰਲ ਕੇ ਇਹ ਲਿਫਾਫੇ ਤਿਆਰ ਕਰਦੀ ਹੈ ਤੇ ਫਿਰ ਰੇਹੜੀ ਲੈ ਕੇ ਇਸ ਨੂੰ ਵੇਚਣ ਵੀ ਖੁਦ ਹੀ ਬਾਜ਼ਾਰ 'ਚ ਜਾਂਦੀ ਹੈ। ਬਸ ਇਸੇ ਤਰ੍ਹਾਂ ਘਰ ਦਾ ਗੁਜ਼ਾਰਾ ਚਲਾ ਰਹੀ ਹੈ। ਦਰਅਸਲ 1 ਸਾਲ ਤੋਂ ਰਾਧਾ ਦੇ ਪਿਤਾ ਬਿਮਾਰ ਨੇ, ਘਰ ਦਾ ਗੁਜ਼ਾਰਾ ਚਲਾਉਣ ਲਈ ਉਸਨੂੰ ਇਹ ਸਭ ਕੁਝ ਕਰਨਾ ਪੈਂਦਾ। ਕਈ ਵਾਰ ਮਨ ਵੀ ਨਹੀਂ ਹੁੰਦਾ ਪਰ ਮਾਂ ਗੁੱਸਾ ਕਰਕੇ ਉਸਨੂੰ ਭੇਜ ਦਿੰਦੀ ਹੈ। ਅਜਿਹੇ ਹਾਲਾਤ ਦੇ ਵਿੱਚ ਮਾਂ ਦਾ ਦਿਲ ਵੀ ਪੁੱਛਿਆ ਜਾਣਾ ਚਾਹੀਦਾ ਹੈ। ਜਾਣਾ ਬਹੁਤ ਔਖਾ ਕਰ ਰਿਹਾ ਜੀ, ਦਵਾਈ ਬੂਟੀ ਦਾ ਹੀ ਬਸ ਪੁੱਛੋ, ਇਹਨਾਂ ਜਿਹੜਾ ਕੁਛ ਹੈਗਾ ਤੀ ਲਾਤਾ ਜੀ, ਸਾਰਾ ਰਿਸ਼ਤੇਦਾਰਾਂ ਤੋਂ ਫੜ ਲਏ, ਫਿਰ ਸਰਦਾ ਨਹੀਂ ਜੀ, ਮਜਬੂਰੀ ਤਾਂ ਭੇਜਣੀ ਪੈਂਦੀ ਹੈ। ਪੜ੍ਹਨ ਦਾ ਬੱਚਿਆਂ ਨੂੰ ਸਮੇਂ ਨਹੀਂ ਮਿਲਦਾ ਜੀ, ਕਿਉਂ ਕੰਮ ਕਰਨਾ ਪੈਂਦਾ ਜੀ। ਕਿਹਾ ਜੀ ਵੀ ਮੈਂ ਨਹੀਂ ਜਾਣਾ, ਪਰ ਕਹਿੰਦੇ ਆ ਵੀ ਮਜਬੂਰੀ ਹੈ, ਮੈਂ ਕੁੱਟ ਕੇ ਵੀ ਭੇਜੀਏ ਜੀ। ਸਰਕਾਰ ਤੋਂ ਵੀ ਮੰਗ ਕਰਦੇ ਹਾਂ ਜੀ, ਦਵਾਈ ਦਾ ਖਰਚਾ ਮਿਲ ਜਾਏ ਜੀ, ਮੇਰੇ ਬੱਚਿਆਂ ਨੂੰ ਪੜ੍ਹਾਈ ਮਿਲ ਜਾਏ ਜੀ, ਮੈਨੂੰ ਕੋਈ ਕੰਮ ਮਿਲ ਜਾਏ, ਮੈਨੂੰ ਕਿਤੇ ਲਵਾ ਦੇਣਾ। ਮਾਤਾ ਪਿਤਾ ਨਾਲ ਇਹ ਪਿਆਰ ਹੀ ਹੈ ਕਿ ਕਈ ਵਾਰ ਨਾ ਚਾਹੁੰਦਿਆਂ ਵੀ ਰਾਧਾ ਇਹ ਕੰਮ ਕਰਦੀ ਹੈ, ਪਰ ਉਹ ਇਹ ਕਰਨਾ ਨਹੀਂ ਚਾਹੁੰਦੀ, ਉਹ ਪੜ੍ਹਾਈ ਕਰਨਾ ਚਾਹੁੰਦੀ ਹੈ ਤੇ ਇਸ ਲਈ ਪੜ੍ਹਾਈ ਲਈ ਸਮਾਂ ਵੀ ਕੱਢਦੀ ਹੈ। ਸਾਡੀ ਮਜਬੂਰੀ ਹੈ, ਸਾਡੇ ਘਰ ਦੇ ਹਾਲਾਤ ਬਹੁਤ ਮਾੜੇ ਹੋ ਰਹੇ ਨੇ,
ਇਸ ਕਰਕੇ ਮੈਂ ਪਹਿਲਾਂ ਅਖਬਾਰ ਦੇ ਲਿਫਾਫੇ ਰਾਤ ਨੂੰ ਬਣਾਉਂਦੀ ਹਾਂ ਅਤੇ ਸਵੇਰੇ ਫਿਰ ਵੇਚ ਕੇ ਆਉਂਦੀ ਹਾਂ, ਕਿਉਂਕਿ ਸਾਡੇ ਘਰ ਦੇ ਖਰਚੇ, ਮੇਰੇ ਖਰਚੇ, ਮੇਰੇ ਪਾਪਾ ਦੀ ਦਵਾਈ, ਸਾਰਿਆਂ ਦੇ ਮਤਲਬ ਬਹੁਤ ਖਰਚੇ ਨੇ। ਕੋਈ ਵੀ ਕਮਾਉਣ ਵਾਲਾ ਹੈਗਾ, ਮੇਰੇ ਪਾਪਾ ਸੀ ਕਮਾਉਣ ਵਾਲੇ, ਉਹ ਵੀ ਘਰ ਬਹਿ ਕੇ। ਉਹਨਾਂ ਦੇ ਬ੍ਰੇਨ ਦੇ ਵਿੱਚ ਮਤਲਬ ਨੁਕਸ ਹੈ, ਮੇਰੇ ਮੰਮਾ ਕਿਉਂਕਿ 10 ਦਿਨ ਹੈਗੇ, ਕਿਉਂਕਿ ਅਸੀਂ ਛੋਟੇ ਹਾਂ ਬੱਚੇ ਹਾਂ, ਮੰਮਾ ਕਹਿੰਦੇ ਵੀ ਤੁਸੀਂ ਟੈਨਸ਼ਨ ਪਾ ਲਓਗੇ, ਇਸ ਕਰਕੇ ਸਾਡੇ ਮੰਮਾ ਜ਼ਿਆਦਾ ਗੱਲ 10 ਦਿਨ ਹੀ ਹੈਗੇ। ਮੇਰਾ ਜੀ ਕਰਦਾ ਵੀ ਮੈਂ ਆਪਦਾ ਖੇਡਾਂ, ਆਪਦੀ ਸਹੇਲੀਆਂ ਨਾਲ ਖੇਡਾਂ, ਆਪਦਾ ਪੜ੍ਹਾਂ, ਪਰ ਘਰ ਦੀ ਮਜ਼ਬੂਰੀ ਕਰਕੇ ਮੈਨੂੰ ਜਾਣਾ ਪੈਂਦਾ। ਸਰਕਾਰ ਤੋਂ ਇਹ ਮੰਗ ਕਰਾਂਗੇ ਕਿ ਮੇਰੇ ਪਾਪਾ ਦੀ ਦਵਾਈ ਅਤੇ ਸਾਨੂੰ ਪੜ੍ਹਾਈ ਫ੍ਰੀ ਮਿਲੇ ਅਤੇ ਮੇਰੇ ਮੰਮਾ ਨੂੰ ਕਿਤੇ ਲਵਾ ਦੇਣ। ਤੁਸੀਂ ਸੁਣਿਆ ਜ਼ਰੂਰ ਹੋਏਗਾ, ਪੁੱਤ ਵੰਡਾਉਣ ਜ਼ਮੀਨਾਂ, ਧੀਆਂ ਦੁੱਖ ਵੰਡਾਉਂਦੀਆਂ ਨੇ। ਅਤੇ ਅੱਜ ਵੇਖ ਲਿਆ, ਰਾਧਾ ਪੜ੍ਹਨਾ ਚਾਹੁੰਦੀ ਹੈ ਪਰ ਪਰਿਵਾਰ ਦੇ ਆਰਥਿਕ ਹਾਲਾਤ ਅਤੇ ਪਿਤਾ ਦੀ ਬਿਮਾਰੀ ਨੇ ਉਸਦੀ ਮੁਸ਼ਕਿਲ ਵਧਾ ਦਿੱਤੀ ਹੈ। ਹਾਲਾਂਕਿ ਕਹਿੰਦੇ ਨੇ ਕਿ ਜਜ਼ਬਾ ਰੱਖੋ ਹਰ ਪਲ ਜਿੱਤਣ ਦਾ, ਕਿਉਂਕਿ ਕਿਸਮਤ ਬਦਲੇ ਨਾ ਬਦਲੇ ਵਕਤ ਜ਼ਰੂਰ ਬਦਲਦਾ ਹੈ। ਜ਼ਾਹਿਰ ਹੈ ਕਿ ਇਸ ਬੱਚੀ ਦੇ ਜਜ਼ਬੇ 'ਚ ਕੋਈ ਕਮੀ ਨਹੀਂ ਹੈ। ਅਜਿਹੇ 'ਚ ਪਰਿਵਾਰ ਨੂੰ ਇੱਕ ਸਹਾਰੇ ਦੀ ਜ਼ਰੂਰਤ ਵੀ ਹੈ ਅਤੇ ਉਮੀਦ ਵੀ ਕਿ ਸਹਾਰਾ ਜ਼ਰੂਰ ਮਿਲੇਗਾ। ਉਮੀਦ ਸਾਨੂੰ ਵੀ ਹੈ ਕਿ ਰਾਧਾ ਨੂੰ ਸਹਾਰਾ ਵੀ ਮਿਲੇਗਾ ਅਤੇ ਵਕਤ ਰਾਧਾ ਦਾ ਵੀ ਜ਼ਰੂਰ ਬਦਲੇਗਾ। ਸੰਗਰੂਰ ਤੋਂ ਕੀਰਤੀਪਾਲ ਦੇ ਨਾਲ ਬਿਊਰੋ ਰਿਪੋਰਟ, ਜ਼ੀ ਮੀਡੀਆ। ਤੇ ਖਬਰਾਂ ਦੇ ਇਸ ਖਾਸ ਬੁਲੇਟਿਨ ਵਿੱਚ ਫਿਲਹਾਲ ਇੰਨਾ ਹੀ। ਤੁਸੀਂ ਬਣੇ ਰਹੋ ਜ਼ੀ ਪੰਜਾਬ ਰਾਣਾ ਹਿਮਾਚਲ ਦੇ ਨਾਲ।